ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਰਪ੍ਰੀਤ ਕੌਰ। ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ। ਸੁਪਰੀਮ ਕੋਰਟ ਨੇ ਸ਼ਾਹੀਨ ਬਾਗ ਵਿੱਚ ਪ੍ਰਦਰਸ਼ਨ ਦੇ ਚਲਦਿਆਂ 4 ਮਹੀਨੇ ਦੇ ਬੱਚੇ ਦੀ ਮੌਤ ਦਾ ਆਪੇ ਨੋਟਿਸ ਲੈਂਦਿਆਂ ਕੇਂਦਰ ਤੇ ਦਿੱਲੀ ਸਰਕਾਰ ਤੋਂ ਜਵਾਬ ਮੰਗਿਆ। ਸੱਤਰ ਮੈਂਬਰੀ ਦਿੱਲੀ ਵਿਧਾਨ ਸਭਾ ਲਈ ਪਈਆਂ ਵੋਟਾਂ ਦੀ ਗਿਣਤੀ ਭਲਕੇ। ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵੱਲੋਂ ਅੱਜ ਤੋਂ 18 ਦਿਨਾਂ ਏਕ ਭਾਰਤ ਸ੍ਰੇਸ਼ਟ ਭਾਰਤ ਮੁਹਿੰਮ ਸ਼ੁਰੂ। ਭਾਜਪਾ ਦੇ ਕੌਮੀ ਬੁਲਾਰੇ ਸੰਬਿਤ ਪਾਤਰਾ ਨੇ ਬਟਾਲਾ ਵਿੱਚ ਵਿਸ਼ਾਲ ਤਿਰੰਗਾ ਯਾਤਰਾ ਵਿੱਚ ਹਿੱਸਾ ਲਿਆ। ਅੰਮ੍ਰਿਤਸਰ ਜ਼ਿਲ੍ਹੇ ਨੇੜੇ ਅਟਾਰੀ ਵਿਖੇ ਸਿੱਖ ਕੌਮ ਦੇ ਮਹਾਨ ਜਰਨੈਲ ਸ਼ਾਮ ਸਿੰਘ ਅਟਾਰੀ ਵਾਲਾ ਦਾ 174ਵਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ। ਤੇ ਨੈਸ਼ਨਲ ਡੀਵਾਰਮਿੰਗ ਡੇ ਮੌਕੇ 1 ਤੋਂ 19 ਸਾਲ ਤੱਕ ਦੇ ਬੱਚਿਆਂ ਤੇ ਨੌਜਵਾਨਾਂ ਨੂੰ ਅੱਜ ਪੇਟ ਦੇ ਕੀੜੇ ਮਾਰਨ ਵਾਲੀ ਖੁਰਾਕ ਦਿੱਤੀ ਗਈ। ਤੇ ਹੁਣ ਖਬਰਾਂ ਵਿਸਥਾਰ ਨਾਲ। ਸੁਪਰੀਮ ਕੋਰਟ ਨੇ ਸ਼ਾਹੀਨ ਬਾਗ ਵਿੱਚ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਚੱਲ ਰਹੇ ਪ੍ਰਦਰਸ਼ਨਾਂ ਦੌਰਾਨ ਇੱਕ ਪ੍ਰਦਰਸ਼ਨਕਾਰੀ ਦੇ 4 ਮਹੀਨੇ ਦੇ ਬੱਚੇ ਦੀ ਮੌਤ ਦਾ ਆਪੇ ਨੋਟਿਸ ਲੈਂਦਿਆਂ ਕੇਂਦਰ ਤੇ ਦਿੱਲੀ ਸਰਕਾਰ ਨੂੰ ਇਸ ਉੱਤੇ ਨੋਟਿਸ ਜਾਰੀ ਕੀਤਾ ਏ ਤੇ ਸਰਕਾਰਾਂ ਤੋਂ ਜਵਾਬ ਮੰਗਿਆ ਏ। ਚੀਫ ਜਸਟਿਸ ਐਸ.ਏ. ਬੋਬੜੇ ਦੀ ਅਗਵਾਈ ਵਾਲੇ ਬੈਂਚ ਨੇ ਅਦਾਲਤ ਦੇ ਕੁਝ ਵਕੀਲਾਂ ਵੱਲੋਂ ਬੱਚੇ ਦੀ ਮੌਤ ਦਾ ਆਪ ਨੋਟਿਸ ਲੈਣ ਦੇ ਮਾਮਲੇ ਦਾ ਵਿਰੋਧ ਕਰਨ ਤੇ ਸਖ਼ਤ ਇਤਰਾਜ਼ ਜਤਾਇਆ। ਉਨ੍ਹਾਂ ਮਾਮਲੇ ਵਿੱਚ ਪੇਸ਼ ਹੋਈਆਂ ਮਹਿਲਾ ਵਕੀਲਾਂ ਨੂੰ ਪੁੱਛਿਆ ਕਿ 4 ਮਹੀਨਿਆਂ ਦਾ ਬੱਚਾ ਅਜਿਹੇ ਵਿਰੋਧ ਪ੍ਰਦਰਸ਼ਨਾਂ ਵਿੱਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਏ। ਇਸ ਉੱਤੇ ਸੋਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ 4 ਮਹੀਨੇ ਦੇ ਦੁੱਧ ਮੂੰਹੇ ਬੱਚੇ ਨੂੰ ਪ੍ਰਦਰਸ਼ਨ ਵਾਲੀ ਥਾਂ ਤੇ ਲਿਜਾਣਾ ਸਹੀ ਨਹੀਂ ਹੈ। ਸੁਪਰੀਮ ਕੋਰਟ ਨੇ ਮੁੰਬਈ ਤੋਂ ਬਹਾਦਰੀ ਲਈ ਕੌਮੀ ਇਨਾਮ ਜੇਤੂ 7ਵੀਂ ਕਲਾਸ ਦੇ ਇੱਕ ਵਿਦਿਆਰਥੀ ਸਦਾਵਰਤੇ ਵੱਲੋਂ ਲਿਖੀ ਗਈ ਚਿੱਠੀ ਤੋਂ ਬਾਅਦ ਸ਼ਾਹੀਨ ਬਾਗ ਵਿੱਚ ਪ੍ਰਦਰਸ਼ਨ ਦੌਰਾਨ ਇੱਕ ਬੱਚੇ ਦੀ ਮੌਤ ਦਾ ਆਪੇ ਨੋਟਿਸ ਲਿਆ। 7ਵੀਂ ਕਲਾਸ ਦੇ ਬੱਚੇ ਨੇ ਆਪਣੀ ਚਿੱਠੀ ਵਿੱਚ ਲਿਖਿਆ ਸੀ ਕਿ ਸ਼ਾਹੀਨ ਬਾਗ ਪ੍ਰਦਰਸ਼ਨ ਦੌਰਾਨ ਛੋਟੇ ਬੱਚਿਆਂ ਨੂੰ ਲਿਜਾਣ ਨਾਲ ਉਨ੍ਹਾਂ ਦੀ ਸਿਹਤ ਤੇ ਮਾੜਾ ਅਸਰ ਪੈਂਦਾ ਏ ਤੇ ਇਸ ਨਾਲ ਬੱਚਿਆਂ ਦੇ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ। ਸਦਾਵਰਤੇ ਨੇ ਦੋਸ਼ ਲਗਾਇਆ ਸੀ ਕਿ ਬੱਚਿਆਂ ਵਾਸਤੇ ਪ੍ਰਦਰਸ਼ਨ ਵਾਲੀਆਂ ਥਾਵਾਂ ਤੇ ਨੁਕਸਾਨ ਦੇ ਮਾਹੌਲ ਦੇ ਮੱਦੇਨਜ਼ਰ ਪੁਲਿਸ ਵੀ ਬੱਚਿਆਂ ਨੂੰ ਪ੍ਰਦਰਸ਼ਨਾਂ ਵਿੱਚ ਲਿਆਉਣ ਤੋਂ ਨਹੀਂ ਰੋਕ ਸਕੀ। 70 ਮੈਂਬਰੀ ਦਿੱਲੀ ਵਿਧਾਨ ਸਭਾ ਲਈ 8 ਫਰਵਰੀ ਨੂੰ ਪਈਆਂ ਵੋਟਾਂ ਦੀ ਗਿਣਤੀ ਭਲਕੇ ਕੀਤੀ ਜਾਵੇਗੀ ਤੇ ਇਸ ਦੇ ਨਾਲ ਹੀ ਨਤੀਜੇ ਵੀ ਐਲਾਨੇ ਜਾਣਗੇ। ਇਨ੍ਹਾਂ ਚੋਣਾਂ ਵਿੱਚ ਹਿੱਸਾ ਲੈਣ ਵਾਲੇ 672 ਉਮੀਦਵਾਰਾਂ ਦੀ ਕਿਸਮਤ ਦਾ ਐਲਾਨ ਹੋਵੇਗਾ। ਦਿੱਲੀ ਦੇ ਮੁੱਖ ਚੋਣ ਅਧਿਕਾਰੀ ਰਣਬੀਰ ਸਿੰਘ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗੀ। ਉਨ੍ਹਾਂ ਦੱਸਿਆ ਕਿ ਗਿਣਤੀ ਲਈ 21 ਕੇਂਦਰ ਬਣਾਏ ਗਏ ਨੇ ਤੇ ਨੀਮ ਫੌਜੀ ਬਲਾਂ ਤੇ ਦਿੱਲੀ ਪੁਲਿਸ ਦੇ ਜਵਾਨਾਂ ਨੂੰ ਵੋਟਾਂ ਦੇ ਗਿਣਤੀ ਕੇਂਦਰਾਂ ਦੀ ਸੁਰੱਖਿਆ ਲਈ ਤੈਨਾਤ ਕੀਤਾ ਗਿਆ ਏ। ਭਾਰਤ ਭਿੰਨਤਾ ਭਰਿਆ ਮੁਲਕ ਏ। ਵੱਖ-ਵੱਖ ਸੂਬਿਆਂ ਦੀਆਂ ਬੋਲੀਆਂ, ਪਹਿਰਾਵਾ, ਸੱਭਿਆਚਾਰ ਤੇ ਖਾਣ ਪਾਣ ਵੱਖਰਾ ਏ, ਪਰ ਫਿਰ ਵੀ ਭਿੰਨਤਾ ਭਰਿਆ ਭਾਰਤ ਦੇਸ਼ ਇੱਕ ਏ। ਭਾਰਤ ਦੀ ਭਿੰਨਤਾ ਹੀ ਇਸ ਨੂੰ ਮਹਾਨ ਬਣਾਉਂਦੀ ਏ। ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵੱਲੋਂ ਅੱਜ ਤੋਂ 18 ਦਿਨਾਂ ਏਕ ਭਾਰਤ ਸ੍ਰੇਸ਼ਟ ਭਾਰਤ ਅਭਿਆਨ ਸ਼ੁਰੂ ਕੀਤਾ ਗਿਆ ਏ। ਕੇਂਦਰ ਸਰਕਾਰ ਵੱਲੋਂ ਇਸ ਵਾਰ ਆਂਧਰਾ ਪ੍ਰਦੇਸ਼ ਨੂੰ ਪੰਜਾਬ ਦਾ ਜੋੜੀਦਾਰ ਸੂਬਾ ਐਲਾਨਿਆ ਗਿਆ ਏ। ਦੂਰਦਰਸ਼ਨ ਜਲੰਧਰ ਵੱਲੋਂ ਅੱਜ ਅਸੀਂ ਆਪਣੇ ਇਸ ਜੋੜੀਦਾਰ ਸੂਬੇ ਦੇ ਖਾਸ ਮਹੱਤਵ ਵਾਲੇ ਇਤਿਹਾਸਿਕ ਤੇ ਸੈਲਾਨੀਆਂ ਦੀ ਖਿੱਚ ਦੇ ਕੇਂਦਰ ਲੇਪਾਕਸ਼ੀ ਬਾਰੇ ਜਾਣਕਾਰੀ ਦੇ ਰਹੇ ਹਾਂ। ਲੇਪਾਕਸ਼ੀ ਆਂਧਰਾ ਪ੍ਰਦੇਸ਼ ਦੇ ਅਨੰਦਪੁਰ ਜ਼ਿਲ੍ਹੇ ਵਿੱਚ ਸੁਭਾਇਮਾਨ ਏ, ਜਿੱਥੇ ਦੇਸ਼ ਵਿਦੇਸ਼ਾਂ ਤੋਂ ਸੈਲਾਨੀ ਆ ਕੇ ਇੱਥੋਂ ਦੀ ਸੰਸਕ੍ਰਿਤੀ ਤੋਂ ਜਾਣੂ ਹੁੰਦੇ ਨੇ। ਇਸ ਇਤਿਹਾਸਿਕ ਥਾਂ ਤੇ 16ਵੀਂ ਸਦੀ ਵਿੱਚ ਉਸਾਰਿਆ ਗਿਆ ਖੂਬਸੂਰਤ ਮੰਦਰ ਸਥਿਤ ਏ, ਜੋ ਵਿਜੇਨਗਰਾ ਸ਼ੈਲੀ ਵਿੱਚ ਬਣਿਆ ਹੋਇਆ ਏ ਤੇ ਭਵਨ ਕਲਾ ਦਾ ਖੂਬਸੂਰਤ ਨਮੂਨਾ ਪੇਸ਼ ਕਰਦਾ ਏ। ਬਾਹਰੋਂ ਨਜ਼ਰ ਆਉਣ ਵਾਲਾ ਮੰਦਰ ਦਾ ਸਾਰਾ ਹੀ ਹਿੱਸਾ ਸੰਸਕ੍ਰਿਤੀ ਨੂੰ ਖੂਬਸੂਰਤ ਨਕਾਸ਼ੀ, ਕਾਰੀਗਰੀ, ਪੇਂਟਿੰਗ ਰਾਹੀਂ ਪ੍ਰਦਰਸ਼ਿਤ ਕਰਦਾ ਏ। ਇੱਥੋਂ ਦੀ ਮੂਰਤੀ ਕਲਾ ਦੀ ਖੂਬਸੂਰਤੀ ਸਾਰਿਆਂ ਨੂੰ ਆਕਰਸ਼ਿਤ ਕਰਦੀ ਏ। ਪ੍ਰਸਿੱਧ ਇਤਿਹਾਸਿਕ ਥਾਂ ਲੇਪਾਕਸ਼ੀ ਇੱਕੋ ਹੀ ਪੱਥਰ ਤੇ ਬਣਿਆ ਨੰਦੀਸ਼ਵਰ 7 ਫਸੀਲਾਂ ਵਾਲੇ ਮੰਦਰ ਦੀ ਸੁੰਦਰਤਾ ਉਸਦੀ ਸ਼ਿਲਪ ਕਲਾ ਹੈਰਾਨ ਕਰਨ ਵਾਲੀ ਏ। ਲੇਪਾਕਸ਼ੀ ਦੇ ਪਹਿਲੇ ਫਸੀਲ ਵਿੱਚ ਪੁਰਾਣਾ ਕੰਨੜ ਸ਼ਿਲਾਲੇਖ ਏ, ਜਿੱਥੇ ਸੀਤਾ ਮਾਤਾ ਦਾ ਚਰਨ ਸਥਿਤ ਏ। ਉਸ ਥਾਂ ਤੇ ਉਸਦੀ ਪੈਰ ਦੀ ਅੰਗੂਠੀ ਤੋਂ ਬਹਿਰਿਆ ਝਰਨਾ ਸਾਰਿਆਂ ਨੂੰ ਹੈਰਾਨ ਕਰਦਾ ਏ। ਦੂਜੇ ਫਸੀਲ ਵਿੱਚ 7 ਸਿਰਾਂ ਵਾਲਾ ਨਾਗੇਂਦਰ, ਗਣੇਸ਼, ਅਧੂਰਾ ਵਿਆਹ ਦਾ ਮੰਡਪ, ਤਾਂਡੇਸ਼ਵਰ ਲਿੰਗ, ਨਾਟਾ ਮੰਡਪ, ਲਟਕਦਾ ਹੋਇਆ ਖੰਭਾ ਮੌਜੂਦ ਏ। ਇੱਥੇ ਸਥਿਤ ਸ਼੍ਰੀ ਕ੍ਰਿਸ਼ਨ ਭਗਵਾਨ ਦੇ ਮੰਦਰ ਵਿੱਚ ਤੁਸੀਂ ਜਿੱਥੇ ਵੀ ਖੜ੍ਹੇ ਹੋਵੋਗੇ, ਸ਼੍ਰੀ ਕ੍ਰਿਸ਼ਨ ਦੀ ਮੂਰਤੀ ਤੁਹਾਨੂੰ ਹੀ ਦੇਖਦੀ ਨਜ਼ਰ ਆਵੇਗੀ। ਸਭ ਤੋਂ ਵਧੀਆ ਮਹਿਲਾ ਅਤੇ ਸਭ ਤੋਂ ਵਧੀਆ ਆਦਮੀ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਏ, ਤੀਜੀ ਫਸੀਲ ਦੇ ਮੰਦਰ ਦੀਆਂ ਮੂਰਤੀਆਂ ਇਸ ਚੀਜ਼ ਨੂੰ ਦਰਸਾਉਂਦੀਆਂ ਨੇ। ਇੱਥੇ ਹੀ ਗਣੇਸ਼ ਜੀ, ਪਾਪਨੇਸ਼ਵਰ, ਰਿਸ਼ੀ ਅਗਸਤ ਦੀ ਗੁਫਾ, ਰਾਮਲਿੰਗ, ਵੀਰਭੱਦਰ ਸਵਾਮੀ ਦਾ 13 ਫੁੱਟ ਉੱਚਾ ਮੰਦਰ, ਮਹਾਰਿਸ਼ੀ ਅਗਸਤ ਵੱਲੋਂ ਸਥਾਪਿਤ ਮੂਰਤੀ ਵੀ ਦਿਖਾਈ ਦਿੰਦੀ ਏ। ਲੇਪਾਕਸ਼ੀ ਕੇ ਵੀਰਭੱਦਰ ਸਵਾਮੀ ਮੰਦਿਰ ਮੇ ਹੈ। ਯਹ ਏਕ
पॉपुलर ये टूरिस्ट स्पॉट है। यहाँ पे पहले ही 2-3 बार आ चुके हैं हम। यहाँ यहाँ की शिल्पकला बहुत प्रसिद्ध है, ये आर्किटेक्चर बहुत सुंदर है यहाँ। ਇੱਥੇ 24 ਫੁੱਟ ਲੰਬੀ 14 ਫੁੱਟ ਚੌੜੀ ਵੀਰਭੱਦਰ ਜੀ ਦੀ ਮੂਰਤੀ ਮੰਦਰ ਦੇ ਗਰਭਗ੍ਰਹਿ ਦੀ ਛੱਤ ਤੇ ਸਥਿਤ ਹੈ। ਜਿੱਧਰ ਦੇਖੋ ਉਧਰ ਪੱਥਰ ਤੇ ਬਣਾਈਆਂ ਗਈਆਂ ਮੂਰਤੀਆਂ ਮੰਤਰ ਮੁਗਧ ਕਰ ਲੈਂਦੀਆਂ ਨੇ। ਰਾਜਾ ਦੀ ਜਿੱਤ ਕਾਰਨ ਆਪਣੀਆਂ ਅੱਖਾਂ ਨੂੰ ਖੁਦ ਕੰਧ ਤੇ ਪਟਕਾ ਕੇ ਵੀਰੂ ਪੰਨਾ ਨੇ ਜੋ ਖੂਨ ਦੀ ਧਾਰਾ ਵਹਾਈ, ਕੰਧਾਂ ਤੇ ਉਹਨਾਂ ਦੇ ਨਿਸ਼ਾਨਾਂ ਨੂੰ ਹੁਣ ਤੱਕ ਵੀ ਦੇਖਿਆ ਜਾ ਸਕਦਾ ਹੈ। इस पहाड़ के ऊपर त्रेता युग में रावणासुर सीता देव को ले जाते समय में रावण और जटायु को युद्ध होता। वो युद्ध में रावण जटायु पक्षी का 2 पंख कट कर दिया, वो पक्षी इस पहाड़ पर गिर गए। तब श्री राम जी आकर पक्षी को देखकर उठो पक्षी बोलते, वो तेलुगु में ले पक्षी है। वो ले पक्षी जाकर इस गांव को ले पक्षी नाम आया है। त्रेता युग विच रावण जद सीता माता दा हरण करके लैके जा रहा सी तां उस वेले ऐसे ही कूरम पहाड़ ते रहण वाले जटायु ने रावण नूं रोकण दी कोशिश कीती। रावण उस पंछी दे पार कट दिंदा है ते जटायु जख्मी होकर डिग पैंदा है। सीता माता नूं लभदे होए श्री राम उत्थे पहुंच के जटायु नूं मोक्ष दिंदे ने। पुराण अनुसार उस समय श्री राम ने जटायु तो लेपाक्षी अर्थात उठ पक्षी कहा, इसे कारण इस जगह का नाम लेपाक्षी हो गया। पंछी जटायु की याद में श्री राम ने इस थान पर एक शिवलिंग स्थापित किया, उसे शिवलिंग नूं रामलिंगेश्वर कहा जाता है। श्री राम नूं शिवलिंग स्थापित करदिया वेख के हनुमान जी ने भी एक होर शिवलिंग स्थापित किया जो हनुम लिंग नाल प्रसिद्ध होया। कोई 5000 साल पहला महारिषि अगस्त ने अपनी पत्नी लोपा मुद्रा के नाल दक्षण काशी यात्रा से जाते समय इसे थान आराम किया। इतों की गुफा में उन्होंने तपस्या की। इस समय शिवजी ते महाविष्णु के भक्तों में झगड़ा हो गया कि कौन शिवजी ज महाविष्णु है। महारिषि अगस्त ने दोहां एक समान साबित करने उत्थे पापनेश्वर नाथ तो शिवजी का मंदिर, रघुनाथ स्वामी नाथ तो विष्णु देव का मंदिर से दोवां एक दूजे के सामने स्थापित कर दिता। यह पुरातन मंदिर विजयनगर साम्राज्य समय बनाया गया। श्री कृष्ण देव राय मगरों उन्होंने भरा अच्युत राय ने राज संभालिया। अच्युत राय का खजानची वीरूपन्ना सी। राजा की इजाजत बगैर सरकारी धन विचों इस मंदिर का निर्माण किया गया। मंदिर का निर्माण पूरा होने समय विआह मंडप का निर्माण समाप्ति नेड़े सी। जब विआह मंडप उसारे जाने समय राजा के गुस्से का सामना करना पैंदा है। राजा वालों सज़ा सुनाने तो पहला ही वीरूपन्ना अपने आप से उस सज़ा का अमल कर लैंदा है। वीरूपन्ना अपनी दोवें अखां कढ के विआह मंडप की दक्षिणी कंध ते पटका मारदा है। उस समय कंध ते पए खून के निशान अज भी देखे जा सकते हैं। अपनी शिल्पकला ते सुंदरता लई सारयां नूं आकर्षित करन वाली लेपाक्षी इतिहासिक थां ते पहुंचण लई देश विदेश तों सैलानी इत्थों कोई 120 किलोमीटर दी दूरी ते स्थित बंगलुरू हवाई अड्डे ते जा सकदे ने। आनंदपुर तों 124 किलोमीटर दूरी ते स्थित लेपाक्षी तक लोक रेल गड्डी राही भी पहुंच सकदे ने। भारतीय जनता पार्टी वालों नागरिकता सोध कानून नूं लैके आम जनता नूं जागरूक करने लई देश भर विच जागरूकता मुहिम जारी है। इसे ही कड़ी विच भाजपा दे देश जगाओ संगठन वालों अज बटाला विच तिरंगा यात्रा कड्ढी गई, जिस विच भारतीय जनता पार्टी दे कौमी बुलारे डॉक्टर संबित पात्रा ने उचेचे तौर ते शिरकत की। तिरंगा यात्रा शुरू करने तो पहला एक रैली भी करवाई गई, जिस विच भारी गिणती विच इलाके दे लोकां ने शिरकत की। डॉक्टर संबित पात्रा ने कहा कि नागरिकता सोध कानून देश दे हित विच है ते इस कानून नूं लैके कुछ सियासी पार्टियां विरोध दी सियासत कर रही ने। उन्होंने कहा कि नागरिकता सोध कानून नागरिकता खोण लई नहीं सगों नागरिकता देण दा कानून है। डॉक्टर संबित पात्रा ने कहा कि कई साल पहला जवाहरलाल नहरू ते गांधी जी ने भी इस कानून नूं लियाउण दी गल कीती सी। इत्थों तक कि देश दे साबका प्रधानमंत्री डॉक्टर मनमोहन सिंह ने भी कहा सी कि यह कानून लियांदा जाणा चाहीदा है। उन्होंने विरोधी पार्टियां वालों इस कानून का बेवजह विरोध करने ते आलोचना कीती। देखिए आज बटाला में देश जगाओ मंच ने CAA के लिए एक तिरंगा यात्रा का आयोजन किया है। मुझे इसमें गेस्ट के रूप में बुलाया है, ये मेरे लिए बड़ा सौभाग्य का विषय है। आज बटाला के पवित्र शहर में CAA के पक्ष में खड़े होने में आया हूँ। अभी आपने देखा कि किस प्रकार से जो नरेंद्र मोदी जी हमारे प्रधानमंत्री ने कहा है कि CAA किसी के अधिकार फुट लंबा तिरंगा सारयां दी खिच दा केंद्र रहा। पंजाब सरकार वालों सिख कौम दे महान जरनैल श्याम सिंह अटारीवाला दा 174वां शहीदी दिहाड़ा अमृतसर नेड़े गेटवे ऑफ इंडिया विखे पूरी श्रद्धा ते सत्कार नाल मनाया गया।
इस सूबा पदरी शहीदी समागम मौके पंजाब दे कैबिनेट मंत्री ओपी सोनी मुख मेहमान वजो शामिल होए। ओपी सोनी, हलका विधायक तरसेम सिंह डीसी, अमृतसर जिले के डिप्टी कमिश्नर शिवदुलार सिंह ढिल्लों समेत होर कई उग्या शख्सियतों ने शहीद शाम सिंह अटारीवाला के बुत ते फुल मालावां चढ़ा के श्रद्धांजलियां भेंट कीतियां। पंजाब पुलिस के जवानों ने हथियार उल्टे करके शहीद नूं श्रद्धांजलि दित्ती। समागम नूं संबोधन करदिया ओपी सोनी ने कहा कि शाम सिंह अटारीवाला सिख कौम के महान जरनैल सन ते इन्हां दी शहादत साडे लई चानण मुनारा रहेगी। उन्हां कहा कि शहीद साडे परिवार विशेष दे नहीं सगों कौम दा सरमाया हुंदे ने। इतिहास ते चानणा पांदिया ओपी सोनी ने कहा कि शाम सिंह अटारीवाला ने 10 फरवरी 1846 नूं सबरावां दी जंग विच जिस तरह ते जिन्हां हालात विच बहादुरी नाल अंग्रेज़ां दा मुकाबला करके शहादत दा जाम पीता वह अपने आप विच इक मिसाल है। उन्होंने दस्सिया कि पंजाब सरकार इस महान शहीद की शहादत नूं सिजदा करदी है। अटारी हल्के के विधायक तरसेम सिंह डीसी ने कहा कि सानू सब नू शाम सिंह अटारी वाला दे जीवन तो सेध लैनी चाहिए है। अज के समागम दौरान धार्मिक दीवान भी सजाए गए। मुख मेहमान वालों शहीद शाम सिंह अटारी वाला दे परिवारक मैंबरां नू सिरोपाओ नाल सन्मानित किया गया। नैशनल डीवार्मिंग डे मौके अज पंजाब के वख-वख हिस्सों में सेहत विभाग वालों समागम करवाए गए। नैशनल डीवार्मिंग डे अर्थात कौमी कीट निरोधक दिवस का सूबा पदरी समागम मोहाली जिले के लांडरा पिंड के हाई स्कूल में मनाया गया, जिथे कीट निरोधक मुहिम वजो पंजाब के सेहत मंत्री बलबीर सिंह सिद्धू ने बच्चों पेट के कीड़ों लई एलबेंडाजोल दवाई मुफ्त वंडी। सेहत विभाग वालों पंजाब भर में 1 साल तो 19 साल तक की उम्र के लगभग 73 लाख बच्चों यह दवाई दी जा रही है। इन्होंने स्कूली बच्चे और सूबे भर के आंगनवाड़ी केंद्रों के बच्चे भी शामिल होंगे। सेहत विभाग की डायरैक्टर रीटा भारद्वाज ने इस मौके दसिया कि 2 साल तक की उम्र के बच्चों एलबेंडाजोल सिरप दिता जाता है, जबकि बाकियों को चब के खाण वाली गोलियां दी जाती ने जिन्हों पानी न लिया जाता है। इस मौके सेहत मंत्री बलबीर सिंह सिद्धू ने कहा कि कैप्टन सरकार हर एक पहल के आधार से बेहतर से किफायती सेहत सेवावान देने वचनबद्ध है। उन्होंने दसिया कि डीवार्मिंग मुहिम तहत सरकारी प्राइवेट के कोई 30,000 स्कूलों के बच्चों 27,000 आंगनवाड़ी केंद्र के बच्चों एलबेंडाजोल दोलियां दी जा रही ने। ਬਹੁਤ ਚੰਗੀ ਸਿਹਤ ਭਾਵਨਾ ਹੋਵੇਗਾ ਜਿਸ ਸੂਬੇ ਦੇ ਜਿਸ ਦੇਸ਼ ਦੇ ਜਿਸ ਸਟੇਟ ਦੇ ਬੱਚੇ ਪੜ੍ਹੇ ਲਿਖੇ ਸਿਹਤਮੰਦ ਨੇ ਉਸ ਸਟੇਟਾਂ ਦੇ ਦੇਸ਼ ਦੀ ਮੇਰਾ ਪ੍ਰਤੀ ਜਾਂਦੇ ਨੇ। कौमी डीवार्मिंग डे मौके अज जलंधर स्थित देवी सहाय एसडी सीनियर सेकेंडरी स्कूल बस्ती 9 विखे समागम करवाया गया, जिस दौरान जिले के सिविल सर्जन डॉक्टर गुरिंदर कौर चावला ने सरकारी अते सरकारी सहायता प्राप्त स्कूलों में पढ़ते बच्चों पेट के कीड़ियां की रोकथाम लई एलबेंडाजोल गोलियां की खुराक दी। उन्होंने दसा कि जिले के हर स्कूल आंगनवाड़ी सेंटर में एलबेंडाजोल गोलियां उपलब्ध होणगियां तां जो कोई भी बच्चा इस दवाई तो वांझा ना रहे। जिहड़े बच्चे अज किसी कारण वांझे रहणगे उन्होंने 17 फरवरी को दवाई जरूर पियाई जाएगी। डॉक्टर चावला ने कहा कि बच्चों में पेट के कीड़ियां कारण खून की कमी आ जाती है, अजिहे बच्चे पढ़ाई में भी कमजोर होंदे ने। बच्चों की सेहत वाल उचेचा ध्यान देने की लोड़ ते जोर देंदिया सिविल सर्जन ने कहा कि सेहतमंद बच्चे ही देश का भविख ने। उन्होंने लोगों को साफ सुथरा पानी पीन ते आले दुआले की सफाई वाल उचेचा ध्यान देने लई आख्या। इस समागम दौरान जिला उप सिख्या अफसर सैकेंडरी अनिल अवस्थी भी मौजूद सन। ते बुलेटिन दे अंत विच चोणवीं खबरां एक बार फिर तो। सुप्रीम कोर्ट ने शाहीन बाग विच प्रदर्शन दे चलदिआं 4 महीने दे बच्चे दी मौत दा आपे नोटिस लैंदिआं केंद्र ते दिल्ली सरकार तो जवाब मंगिआ। सत्तर मैंबरी दिल्ली विधानसभा लई पईआं वोटां दी गिणती भलके। भारत सरकार दे सूचना ते प्रसारण मंत्रालय वल्लों अज तों 18 दिनां एक भारत श्रेष्ठ भारत मुहिम शुरू। भाजपा दे कौमी बुलारे संबित पात्रा ने बटाला विच विशाल तिरंगा यात्रा विच हिस्सा लिया। अमृतसर जिले नेड़े अटारी विखे सिख कौम के महान जरनैल शाम सिंह अटारी वाला का 174वां शहीदी दिहाड़ा मनाया गया। नैशनल डीवार्मिंग डे मौके 1 तो 19 साल तक के बच्चों के नौजवानों अज पेट के कीड़े मारन वाली खुराक दी गई। इस खबरों का बुलेटिन खत्म होंगे, आ गया दो नमस्कार।